ਹਰਿਆਲੀ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕਰਦੇ ਹੋਏ ਆਈ ਹਰਿਆਲੀ ਐਪ ਚਲਾਈ ਗਈ ਹੈ, ਜਿਸ ਦੇ ਜ਼ਰੀਏ ਆਪਣੇ ਫੋਨ ਤੋਂ ਹੀ ਮਨਪਸੰਦ ਪੌਦੇ ਜਾਂ ਬੂਟੇ ਬੁੱਕ ਕਰਕੇ ਨੇੜੇ ਦੀ ਨਰਸਰੀ ਤੋਂ ਮੁਫਤ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਵੀਡੀਓ ਵਿੱਚ ਅਸੀਂ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਘਰ ਘਰ ਹਰਿਆਲੀ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ ਅਤੇ ਨੇੜੇ ਦੀ ਨਰਸਰੀ ਤੋਂ ਮੁਫਤ ਪੌਦੇ ਜਾਂ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਭ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ ਪਲੇ ਸਟੋਰ ਖੋਲ੍ਹੋ। ਹੁਣ ਆਈ ਹਰਿਆਲੀ ਟਾਈਪ ਕਰੋ ਅਤੇ ਸਰਚ ਬਟਨ ਦਬਾਓ। ਵਿਖਾਈ ਗਈ ਐਪ 'ਤੇ ਕਲਿੱਕ ਕਰੋ ਅਤੇ ਆਈ ਹਰਿਆਲੀ ਐਪ ਦੇ ਇੰਸਟਾਲ ਬਟਨ ਨੂੰ ਦਬਾ ਕੇ ਐਪ ਡਾਊਨਲੋਡ ਕਰੋ। ਐਪ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ। ਹੁਣ ਵਿਖਾਏ ਗਏ ਬਟਨ 'ਤੇ ਕਲਿੱਕ ਕਰਕੇ ਐਪ ਖੋਲ੍ਹੋ। ਅਜਿਹਾ ਪੇਜ ਖੁੱਲ੍ਹੇਗਾ। ਇੰਟਰਨੈੱਟ ਦੀ ਸਪੀਡ ਮੁਤਾਬਕ ਤਕਰੀਬਨ 30 ਤੋਂ 45 ਸੈਕਿੰਡ ਬਾਅਦ ਲੌਗਇਨ ਪੇਜ ਖੁੱਲ੍ਹ ਜਾਏਗਾ। ਇੱਥੇ ਆਪਣਾ ਨਾਂ ਅਤੇ ਮੋਬਾਈਲ ਨੰਬਰ ਭਰ ਕੇ ਗੈਟ OTP ਬਟਨ ਨੂੰ ਦਬਾਓ। ਆਪ ਦੇ ਮੋਬਾਈਲ 'ਤੇ ਇੱਕ ਪਾਸਵਰਡ ਆਏਗਾ। ਇਸ ਪਾਸਵਰਡ ਨੂੰ ਭਰੋ ਅਤੇ ਲੌਗਇਨ ਬਟਨ ਦਬਾਓ। ਹੁਣ ਲੋਕੇਸ਼ਨ ਬਟਨ ਨੂੰ ਦਬਾਓ ਅਤੇ ਸਥਾਨ ਟਾਈਪ ਕਰੋ ਅਤੇ ਆਪਣੇ ਨੇੜੇ ਦੀ ਨਰਸਰੀ 'ਤੇ ਕਲਿੱਕ ਕਰੋ। ਨੇੜੇ ਦੀ ਨਰਸਰੀ ਖੁੱਲ੍ਹਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਆਪਣੀ ਪਸੰਦ ਦੇ ਬੂਟੇ ਚੁਣ ਕੇ ਐਡ ਟੂ ਕਾਰਟ ਬਟਨ 'ਤੇ ਕਲਿੱਕ ਕਰੋ। ਵਿਖਾਏ ਗਏ ਚਿੰਨ੍ਹ 'ਤੇ ਕਲਿੱਕ ਕਰੋ ਅਤੇ ਪਲੇਸ ਆਰਡਰ ਬਟਨ ਦਬਾਓ। ਦਿੱਤੇ ਸਮੇਂ 'ਤੇ ਆਪਣੇ ਬੂਟੇ ਪ੍ਰਾਪਤ ਕਰਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਇਸ ਘਰ ਘਰ ਹਰਿਆਲੀ ਮੁਹਿੰਮ ਅਤੇ ਵਾਤਾਵਰਣ ਨੂੰ ਸਵੱਛ ਬਣਾਉਣ ਵਿੱਚ ਆਪਣਾ ਯੋਗਦਾਨ ਪਾਓ। ਆਪ ਸਭ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਘੱਟੋ ਘੱਟ 5 ਲੋਕਾਂ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਹਰ ਇੱਕ ਸ਼ੇਅਰ ਅਤੇ ਲਗਾਇਆ ਹਰ ਇੱਕ ਬੂਟਾ ਵਾਤਾਵਰਣ ਨੂੰ ਸਵੱਛ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਧਰਤੀ 'ਤੇ ਇੱਕ ਦਰਖਤ ਅਪਲੋਡ ਕਰਕੇ ਤਾਂ ਵੇਖੋ, ਬੱਦਲਾਂ ਦੇ ਸੈਂਕੜੇ ਗਰੁੱਪ ਆ ਜਾਣਗੇ ਲਾਈਕ ਕਰਨ।